ਕਿੱਲਾ ਤੀਆਂ ਦਾ ਤਾਂ ਸਾਰੇ ਲਾਉਂਦੇ ਨੇ, ਅਸੀਂ ਮੇਲਾ ਆਜ਼ਾਦੀ ਦਾ ਲਾਇਆ ਜੀ। ਮੇਲਾ ਤੀਆਂ ਦਾ ਵੀ ਵਧੀਆ ਲੱਗਿਆ, ਬਹੁਤ ਇੰਜੋਏ ਕੀਤਾ ਲੋਕਾਂ ਨੇ, ਪਰ ਅਸੀਂ 15 ਅਗਸਤ ਕਰਕੇ ਮੇਲਾ ਆਜ਼ਾਦੀ ਦਾ ਲਾਇਆ, ਕਿਉਂਕਿ ਸਾਡੀ ਪਾਰਟੀ ਹੈ ਜਿਹੜੀ ਇਨਕਲਾਬੀ ਪਾਰਟੀ ਹੈ, ਮਾਨ ਸਾਹਿਬ ਨੂੰ ਕਾਫੀ ਮਿਸ ਕਰ ਰਹੇ ਆ, ਤੇ ਪਰ ਇਨਕਲਾਬ ਕੱਲਾ ਬੋਲਿਆ ਨਹੀਂ ਗਿਆ ਤੇ ਇਨਕਲਾਬ ਆਇਆ ਵੀ ਹੈ। ਉਸ ਇਨਕਲਾਬ ਦੀ ਦੇਣ ਹੈ ਕਿ ਪੱਪੂ ਸਟੀਲ ਦੀ ਵਾਈਫ ਹੈ ਜਿਹੜੀ ਪ੍ਰਧਾਨ ਬਣੀ, ਜਿਹੜੀ ਕਰੋੜਾਂ ਰੁਪਏ ਦੀ ਸੀਟ ਵਿਕਦੀ ਸੀ ਅਸੀਂ ਫ੍ਰੀ 'ਚ, ਇਕੱਲੀ ਮਿਹਨਤ ਦੇ ਸਿਰ 'ਤੇ ਪ੍ਰਧਾਨ ਬਣੇ, ਅਤੇ ਜਿਹਦਾ ਸਿੱਟਾ ਪਾਂਡੂਸਰ ਵਾਸੀਆਂ ਨੂੰ ਮੈਂ ਹੋਰ ਤਾਂ ਕੁਛ ਦੇ ਨਹੀਂ ਸਕਿਆ, ਇਲੈਕਸ਼ਨਾਂ 'ਚ ਕਦੇ ਦਾਰੂ ਨਹੀਂ ਪਿਲਾਈ, ਕੋਈ ਹੋਰ ਗਲਤ ਚੀਜ਼ ਨਹੀਂ ਵੰਡ ਸਕਿਆ, ਪਰ ਪ੍ਰਧਾਨਗੀ ਮਿਲਣ ਤੋਂ ਬਾਅਦ ਮੇਰੀ ਪਤਨੀ ਅਤੇ ਅਸੀਂ ਰਲ ਕੇ ਸਭ ਤੋਂ ਪਹਿਲਾਂ ਅਸੀਂ ਹਾਈਕੋਰਟ ਦਾ ਡੰਪ ਚੁਕਾਇਆ, ਜਿਹਦੀਆਂ ਦੁਆਵਾਂ ਨੇ ਜਿਹੜੀਆਂ ਸਾਰਾ ਸਕੂਲ ਵਾਲਾ ਦੇ ਰਿਹਾ, ਸਾਰਾ ਮੁਹੱਲਾ ਦੇ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਾਫੀ ਸਰਪ੍ਰਾਈਜ਼ ਨੇ ਜਿਹੜੇ ਉਹ ਦਿੱਤੇ ਜਾਣਗੇ। ਇਮਾਨਦਾਰੀ ਸਿਰ 'ਤੇ ਸੀਟ ਲਿੱਤੀ ਆ, ਇਮਾਨਦਾਰੀ ਚਾਲੂ ਰਹੂਗੀ। ਹਾਈਕੋਰਟ ਦੇ ਵਿੱਚ ਪਹਿਲੀ ਵਾਰ ਮੇਲਾ ਲੱਗਿਆ, ਕਿੰਨੀਆਂ ਕੁ ਦਿੱਕਤਾਂ ਆਈਆਂ? ਕੋਈ ਦਿੱਕਤ ਨਹੀਂ ਆਈ, ਬੜਾ ਵਧੀਆ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਹੋਰ ਵਧੀਆ ਕਰਾਂਗੇ। ਮੇਰਾ ਤਾਂ ਮਨ ਹੈ ਕਿ ਇਹ ਦੀਵਾਲੀ ਮੇਲਾ ਵੀ ਲਾਵਾਂਗੇ ਇੱਥੇ, ਕਿਉਂਕਿ ਦੇਖੋ ਤੁਸੀਂ ਦੇਖ ਸਕਦੇ ਹੋ ਕਿੱਡਾ ਵਧੀਆ ਉਤਸ਼ਾਹ ਹੈ ਸਾਰਿਆਂ ਦਾ ਮਿਲ ਰਿਹਾ, ਇਸ ਕਰਕੇ ਸਮਾਂ ਲੱਗਦਾ, ਕੋਈ ਨਹੀਂ, ਸ਼ੁਰੂਆਤ ਹੈ, 0 ਤੋਂ ਗਿਣਤੀ ਸ਼ੁਰੂ ਹੁੰਦੀ ਹੈ, ਪਹੁੰਚਾਂਗੇ ਜਲਦੀ। ਇਨਕਲਾਬ ਜਿੰਦਾਬਾਦ। ਵਧੀਆ ਮੇਲਾ ਲੱਗ ਗਿਆ, ਪਹਿਲੀ ਵਾਰ ਲੱਗਿਆ ਇੱਥੇ ਕਹਿੰਦੇ, ਪਹਿਲੀ ਵਾਰ ਵਧੀਆ, ਮਤਲਬ ਪ੍ਰੋਗਰਾਮ ਅਗਲੀ ਵਾਰ ਤਾਂ ਜ਼ਿਆਦਾ ਹੋ ਰਿਹਾ ਵਧੀਆ। ਅੱਛਾ ਬਾਪੂ ਜੀ, ਤੁਸੀਂ ਦੱਸੋ ਕੀ ਕਹੋਗੇ? ਮੈਂ ਕਹਿੰਦਾ ਪੁੱਛੋਗੇ ਨਾ, ਮੈਨੂੰ ਤਾਂ ਮੇਰੀ 85 ਸਾਲ ਦੀ ਉਮਰ ਹੋ ਗਈ, ਪਰ ਇਹੋ ਜਿਹਾ ਮੇਲਾ ਮੈਂ ਕਦੇ ਨਹੀਂ ਦੇਖਿਆ ਹੈਗਾ। ਜਿਹੜਾ ਜੋੜ ਮੇਲਾ ਨਾ, ਇਹ ਸਭ ਤੋਂ ਵੱਡੀ ਚੀਜ਼ ਆ, ਪੂਰੇ ਏਕਤਾ ਪੈਦਾ ਹੁੰਦਾ, ਇੱਕ ਮੁੱਠ ਹੋ ਕੇ ਕੰਮ ਕਰਦੇ ਸਾਰੇ, ਇਮਾਨਦਾਰੀ ਨਾਲ ਕੰਮ ਕਰਦੇ ਸਾਰੇ, ਠੀਕ ਆ ਨਾ, ਬਹੁਤ ਵਧੀਆ ਲੱਗ ਰਿਹਾ। ਛੋਟੇ ਤੋਂ ਲੈ ਕੇ ਆਜ਼ਾਦੀ ਦਾ ਕਿਹਾ ਜਾ ਰਿਹਾ, ਹਾਂ ਆਜ਼ਾਦੀ ਦਾ ਮੇਲਾ ਜੀ, ਬਿਲਕੁਲ ਜਿੱਦਾਂ ਆਜ਼ਾਦੀ ਆਈ ਆ ਆਪਣੀ ਆਜ਼ਾਦੀ। ਮੈਂ 3 ਦਿਨ ਹੋ ਗਏ, 2 ਦਿਨ ਟੀ ਵੀ ਦੇਖ ਰਿਹਾ, ਮੈਂ ਜਿੰਨਾ ਤਿਰੰਗਾ ਝੰਡਾ ਐਤਕੀ ਫਰਾਇਆ ਮੈਂ ਕਦੇ ਦੇਖਿਆ ਨਹੀਂ ਹੈਗਾ, ਜ਼ਿੰਦਗੀ ਭਰ ਹੀ ਦੇਖਿਆ ਕਦੇ, ਸਾਰੇ ਗਲੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਜਿੰਨਾ ਮੁਸਲਮਾਨੀ ਤਬਕਾ ਨਾ ਸਾਰਾ, ਉਹਨਾਂ ਤੋਂ ਬਹੁਤ ਜ਼ਿਆਦਾ ਯੋਗਦਾਨ ਆਉਂਦਾ ਹੈਗਾ, ਬਹੁਤ ਵੱਡੀ ਵੱਡੀ ਗੱਲ ਆ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਗੁਰਦੇਵ ਸਿੰਘ ਦੇਵ ਮਾਨ ਜੀ ਦੇ, ਮਦਰ ਜੀ ਆਏ ਨੇ, ਫਾਦਰ ਜੀ ਆਏ ਨੇ, ਕਪਿਲ ਮਾਨ ਜੀ, ਗੁਲਾਬ ਮਾਨ ਜੀ ਅਤੇ ਸਾਰੀ ਐਮ ਸੀ ਟੀਮ ਦਾ, ਜਿਹੜੀ ਸਾਡੇ ਇੱਕ ਬੁਲਾਵੇ 'ਤੇ ਇੱਥੇ ਪਹੁੰਚ ਜਾਂਦੇ ਨੇ, ਅਤੇ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੈਂ ਵਧਾਈ ਵੀ ਦੇਣਾ ਚਾਹੁੰਦੀ ਹਾਂ, ਇੱਕ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਕਿ ਜੇ ਮੇਲੇ ਲੱਗਦੇ ਨੇ, ਵਿਸਾਖੀ ਦੇ ਮੇਲੇ ਲੱਗਦੇ ਨੇ, ਤੀਆਂ ਦੇ ਮੇਲੇ ਲੱਗਦੇ ਨੇ, ਅਤੇ ਅੱਜ ਅਸੀਂ ਮੇਲਾ ਲਗਾਇਆ ਆਜ਼ਾਦੀ ਦਾ, ਜਿਹਦੇ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ, ਅਤੇ ਬੜੇ ਸ਼ੋਰਟ ਟਾਈਮ ਦੇ ਵਿੱਚ ਅਸੀਂ 2-3 ਦਿਨ ਦਾ ਮੇਲਾ ਲਗਾਇਆ, ਅਤੇ ਹੋਪਸੋ ਕਿ ਅਗਲੀ ਵਾਰ ਬਹੁਤ ਹੀ ਵੱਧ ਚੜ੍ਹ ਕੇ ਇਹ ਮੇਲਾ ਪੂਰੇ ਹਫ਼ਤੇ ਦਾ ਲਗਾਇਆ ਜਾਊਗਾ, ਜਿਹਦੇ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਊਗਾ, ਅਤੇ ਉਹਨਾਂ ਦੇ ਨਾਲ ਜਸ਼ਨ ਮਨਾਏ ਜਾਣਗੇ। ਅੱਜ ਆਪਾਂ ਜਿਹੜੇ ਬੈਠੇ ਹਾਂ ਇੱਥੇ, ਉਹਨਾਂ ਦੀ ਬਦੌਲਤ ਹੀ ਬੈਠੇ ਹਾਂ, ਅਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਸਾਰੀ ਟੀਮ ਦਾ ਜਿਹੜੇ ਇੱਥੇ ਪਹੁੰਚੇ ਨੇ, ਅਤੇ ਨੈਕਸਟ ਟਾਈਮ ਇਸ ਤੋਂ ਵੀ ਬਹੁਤ ਵਧੀਆ ਮੇਲਾ ਲਗਾਇਆ ਜਾਊਗਾ ਜੀ। ਜਦੋਂ ਕੀ ਚਿਤਾਓ ਪੇ ਲਗਣਗੇ ਹਰ ਵਰਸ ਮੇਲੇ, ਵਤਨ ਤੇ ਮਿਟਨੇ ਵਾਲੋਂ ਕਾ ਇਹੀ ਬਾਕੀ ਨਿਸ਼ਾਂ ਹੋਗਾ। ਅੱਜ ਅਸੀਂ 75ਵਾਂ ਦਿਹਾੜਾ ਜਿਹੜਾ ਸੁਤੰਤਰਤਾ ਦਿਵਸ ਮਨਾ ਰਹੇ ਹਾਂ, ਅਤੇ ਅੱਜ ਪੂਰੇ ਇੰਡੀਆ ਦੇ ਵਿੱਚ ਜਿਹੜਾ ਖੁਸ਼ੀ ਦੀ ਲਹਿਰ ਹੈ, 75ਵਾਂ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ, ਅੱਜ ਮੇਲੇ ਲੱਗ ਰਹੇ ਨੇ, ਦੁਨੀਆ ਖੁੱਲ ਆਜ਼ਾਦੀ ਨਾਲ ਸਾਹ ਲੈ ਰਹੀ ਆ, ਉਹਨਾਂ ਸ਼ਹੀਦਾਂ ਦਾ, ਉਹਨਾਂ ਜੋ ਵੀ ਕੁਰਬਾਨ ਹੋਏ ਨੇ, ਉਹਨਾਂ ਦੀ ਬਹੁਤ ਵੱਡੀ ਦੇਣ ਆ, ਹਰ ਇੱਕ ਇਨਸਾਨ ਉਹਨਾਂ ਦੇਣਾ ਨਹੀਂ ਦੇ ਸਕਦਾ। ਉਹਨਾਂ ਨੇ ਇਹੀ ਕਿਹਾ ਸੀ, ਕਹਿੰਦੇ ਵੀ ਅਸੀਂ ਤਾਂ ਕੁਰਬਾਨ ਹੋ ਰਹੇ ਹਾਂ, ਪਰ ਤੁਸੀਂ ਕਹਿੰਦੇ ਖੁੱਲ੍ਹਾ ਸਾਹ ਲਿਓ, ਤੁਸੀਂ ਆਪਣੇ ਬੱਚਿਆਂ ਦੇ ਨਾਲ ਜੀਓ, ਤੁਸੀਂ ਆਪਣੇ ਹੱਸਿਓ ਖੇਡਿਓ। ਅੱਜ ਉਹਨਾਂ ਦੀ ਬਦੌਲਤ ਜਿਹੜਾ ਦੇਖੋ ਇੱਦਾਂ ਮੇਲੇ ਲੱਗੇ ਹੋਏ ਨੇ, ਅਸੀਂ ਉਹਨਾਂ ਦਾ ਆਨੰਦ ਮਾਣ ਰਹੇ ਹਾਂ। ਅੱਜ ਨਾਭੇ ਦੇ ਵਿੱਚ ਵੀ ਪਾਂਡੂ ਸਰਕਲ ਜਿਹੜਾ ਮੁਹੱਲਾ ਹੈ, ਇੱਥੇ ਵੀ ਆਜ਼ਾਦੀ ਮੇਲਾ ਜਿਹੜਾ ਲੱਗ ਰਿਹਾ ਹੈ, ਇਹ ਸਾਡੇ ਪ੍ਰਧਾਨ ਅਤੇ ਇੱਥੋਂ ਦੇ ਲੋਕਲ ਜਿਹੜੀ ਆ ਕਮੇਟੀ, ਉਹਨਾਂ ਵੱਲੋਂ ਲਗਾਇਆ ਜਾ ਰਿਹਾ, ਅਤੇ ਬਹੁਤ ਖੁਸ਼ੀ ਦੀ ਲਹਿਰ ਹੈ। ਕੀ ਕਹਿ ਰਹੇ? ਬੂਟੇ ਦੇਖੋ ਜੀ, ਬੂਟੇ ਲੱਗਣੇ ਚਾਹੀਦੇ ਆ। ਕੱਲ ਅਸੀਂ ਵੀ ਇੱਕ ਮੁਹਿੰਮ ਛੇੜੀ ਆ, ਅਤੇ ਸਵੇਰੇ ਅਸੀਂ 8 ਵਜੇ ਤੱਕ 200 ਬੂਟਾ ਜਿਹੜਾ ਲਗਾ ਦੇਣਾ ਹੈ। ਬਹੁਤ ਅੱਛਾ ਉਪਰਾਲਾ ਕੀਤਾ ਮੇਰਾ ਬਈ ਪੰਕਜ ਬੱਪੂਰਾ ਨੇ, ਔਰ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਪਹਿਲਾ ਫੰਕਸ਼ਨ ਹੈ ਆਜ਼ਾਦੀ ਦਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਇਹਨਾਂ ਨੇ, ਅਤੇ ਬਹੁਤ ਵਧਾਈ ਦੇ ਪਾਤਰ ਨੇ, ਅਤੇ ਬਹੁਤ ਅੱਛੀ ਗੱਲ ਆ। ਦੇਖੋ ਜੀ ਕਿੰਨੇ ਲੋਕ ਇੰਜੋਏ ਕਰ ਰਹੇ ਨੇ ਸਾਰਾ ਆਜ਼ਾਦੀ ਦਾ, ਮੇਰੇ ਸ਼ਹੀਦਾਂ ਨੂੰ ਜਿਹੜੇ ਦੇਸ਼ ਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਲੂਟ ਕਰਦੇ ਹਾਂ ਜੀ। ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇਹਨਾਂ ਨੇ ਪ੍ਰੋਗਰਾਮ ਦੇਖੋ ਸਰ, ਇਹੀ ਤਾਂ ਅਸੀਂ ਚਾਹੁੰਦੇ ਹਾਂ ਕਿ ਸਮਾਜ ਇੱਕ ਹੋਵੇ, ਸਾਡੀ ਤਾਂ ਤਮੰਨਾ ਹੀ ਇਹ ਹੈ ਕਿ ਅਸੀਂ ਸਾਰਾ ਸਮਾਜ, ਸਾਰਾ ਹਿੰਦੁਸਤਾਨ ਇੱਕ ਹੋਵੇ। ਸੋ ਬੈਰ ਵਿਰੋਧ ਹੈ। ਬੂਟੇ ਦੇਖੋ ਜੀ, ਮੈਂ ਤਕਰੀਬਨ 1.5-2 ਮਹੀਨੇ ਹੋ ਗਏ ਬੂਟਿਆਂ ਦੇ ਉੱਪਰ ਹੀ ਕੰਮ ਕਰ ਰਿਹਾ। ਤੁਸੀਂ ਦੇਖਿਆ ਹੋਣਾ
मेरे नैट पर मैं पाँदा हूं कि मेरी सोच यह है कि जो अपन हार्ट अटैक ज हर तरीके बीमारियां चल रही ने तो मेरी मैं लगता कि पेड़ करके है ऑक्सीजन की कमी होने करके सारा कारण ये कुछ चल रहा। सो मेरी बेनती इन्नी कहा कि अपन लोड़ है समाज में लोड़ है बूटियां की। देखो सीधी जी गल है साफ जी अगर सह चलते हैं तो बूटा करके चलते हैं ऑक्सीजन निकली उन्होंने तो आप अपनी जिंदगी चलती है। रात में भी अपन सौन लगे सह की लड़ पी है। सो बूटे लाने बहुत जरूरी ने। बाबा यामीन बंगाली गोल्ड मेडलिस्ट तुहाडे शहर च पहली बार अद्भुत शक्ति चमत्कार वेखो। देश विदेश च बैठे सानू व्हाट्सएप ते भी कॉल कर सकते ने। घर बैठे 11 मिनटां च 101 फीसदी गरंटी नाल समाधान। वशीकरण ते मुठकरनी दे माहिर सब तो पहला काम करन दा वादा। नौकरी प्रमोशन कारोबार च परेशानी घर च झगड़ा बरकत औलाद कहने तो बाहर होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी चनबन जादू टोना मनमोहनी वशीकरण करवाना जा तुड़वाना सौतन दुश्मन तो छुटकारा सदा लई रुस्से नु मनाउणा प्यार मोहब्बत। बाबा यामीन बंगाली 9645300321।